ਐਕਟਰ ਬਣ ਕੇ ਆਇਆ ਵੀ ਮੈਂ ਬਹੁਤ ਸਮਾਰਟ ਬਣ ਕੇ ਆਉਂਦੇ ਹੁੰਦੇ ਨਾ ਨਵੇਂ ਨਵੇਂ ਕੱਪੜੇ ਪਾ ਕੇ ਅਤੇ ਥੱਲੇ ਉਹ ਮੈਨੂੰ ਪ੍ਰੋਡਿਊਸਰ ਦੇਖ ਰਿਹਾ ਅੱਜ ਦੀ ਹਾਲਾਤ 'ਚ ਭੂ ਮਾਫੀਆ ਦੀ ਵੀ ਗੱਲ ਕੀਤੀ ਗਈ ਇਸ ਫਿਲਮ ਦੇ ਵਿੱਚ ਜੋ ਹਿੰਟ ਹਲਕਾ ਜਿਹਾ ਦਿਖਾਇਆ ਹਾਂਜੀ ਹਾਂਜੀ ਵਰਲਡ ਇੱਕ ਲੈਵਲ 'ਤੇ ਸੇਮ ਹੋ ਰਿਹਾ ਪਰ ਉਹਦੇ 'ਚ ਜਿਹੜੀ ਕਲਚਰ ਦੀ ਬਿਊਟੀ ਹੈ ਉਹ 'ਤੇ ਬਹੁਤ ਭੈੜੀ ਸੱਟ ਵੱਜ ਰਹੀ ਹੈ ਜਿਹੜੀ ਸਾਨੂੰ ਹਜੇ ਦਿਖ ਨਹੀਂ ਰਹੀ ਕਿ ਆਡੀਅੰਸ ਸਿਰਫ ਵੱਡੇ ਚਿਹਰੇ ਦੇਖ ਕੇ ਫਿਲਮ ਦੇਖਦੀ ਹੈ ਕਈ ਵਾਰ ਸਕ੍ਰਿਪਟ ਵੀ ਨਹੀਂ ਦੇਖੀ ਜਾਂਦੀ ਮਿਹਨਤ ਵੀ ਨਹੀਂ ਦੇਖੀ ਜਾਂਦੀ ਪ੍ਰੋਡਿਊਸਰ ਦਾ ਮਤਲਬ ਇਹ ਥੋੜ੍ਹੀ ਮਹਿੰਗੀ ਗੱਡੀ 'ਚ ਆ ਕੇ ਵੈਰਾਇਟੀ 'ਚ ਬਹਿ ਕੇ ਸੁਣੇ ਸੁਣੀਆਂ ਹੀਰੋਇਨਾਂ ਨੂੰ ਦੇਖੀ ਜਾਣਾ ਵੀ ਇਹਨੂੰ ਲੈਣਾ ਹੈ ਨਾ ਆਹ ਤਾਂ ਪੈਸੇ ਨੂੰ ਲੈ ਕੇ ਬਾਹਲਾ ਢੀਠ ਹੁੰਦਾ ਸੀ ਇਹ ਤਾਂ ਰੁਪਈਆ ਵੀ ਵਾਪਸ ਕਰਾਉਂਦਾ ਰਿਹਾ ਸਾਡੇ ਤੋਂ ਤਾਂ ਸਾਨੂੰ ਲੱਗਦਾ ਇਹ ਬਹੁਤ ਵਧੀਆ ਚੀਜ਼ ਹੈ ਜਦੋਂ ਮੇਰਾ ਵਿਆਹ ਸੀਗਾ ਉਦੋਂ ਵੀ ਪੈਸੇ ਮੁੱਕ ਗਏ ਸੀਗੇ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਫੰਕਸ਼ਨ ਘਰ ਦਾ ਹੁੰਦਾ ਨਾ ਤਾਂ ਘਰ ਦਾ ਸਭ ਤੋਂ ਸਿਆਣਾ ਜਿਹੜਾ ਜੀ ਹੁੰਦਾ ਜਿਹੜਾ ਘਰ ਦੇ ਹਰ ਕੰਮ ਨੂੰ ਮੈਨੇਜ ਕਰ ਰਿਹਾ ਹੁੰਦਾ ਉਹ ਅਕਸਰ ਸਾਦੇ ਜਿਹੇ ਲਿਬਾਸ 'ਚ ਨਜ਼ਰ ਆਉਂਦਾ ਜਾਂ ਉਹ ਵਿਚਾਰਾ ਪੈਂਟ ਕੋਟ ਪਾਉਣਾ ਭੁੱਲ ਜਾਂਦਾ ਔਰ ਅੱਜ ਉਹ ਭੋਲੇ ਹੋਏ ਦਾ ਟ੍ਰੇਲਰ ਲਾਂਚ ਹੋਣਾ ਸੀ ਤਾਂ ਸੰਧੂ ਸਾਹਿਬ ਇੱਦਾਂ ਹੀ ਆ ਗਏ ਕੈਂਚੀ ਚੱਪਲਾਂ ਪਾਈਆਂ ਹੱਥ 'ਚ ਛੱਤਰੀ ਫੜੀ ਹੋਈ ਸੀ ਟਾਈਮ ਨਹੀਂ ਲੱਗਿਆ ਚਾਹ ਬੜਾ ਸੀ ਕੀ ਕਾਰਨ ਮੈਂ ਨਾ ਉੱਤੋਂ ਤਾਂ ਐਕਟਰ ਬਣ ਕੇ ਆਇਆ ਵੀ ਮੈਂ ਬਹੁਤ ਸਮਾਰਟ ਬਣ ਕੇ ਆਉਂਦੇ ਹੁੰਦੇ ਨਾ ਨਵੇਂ ਨਵੇਂ ਕੱਪੜੇ ਪਾ ਕੇ ਅਤੇ ਥੱਲੇ ਉਹ ਮੈਨੂੰ ਪ੍ਰੋਡਿਊਸਰ ਦੇਖ ਰਿਹਾ ਅੱਜ ਦੀ ਹਾਲਾਤ 'ਚ ਕਿ ਫਿਲਮ ਮੈਂ ਥੱਲੇ ਪ੍ਰੋਡਿਊਸਰ ਬਣ ਕੇ ਆਇਆ ਵੀ ਆਹ ਹਾਲ ਹੋਏ ਪਏ ਆ ਸੋ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਨਾਲੇ ਵੀ ਕਹੀਦਾ ਹੁੰਦਾ ਹਾਲਾਂਕਿ ਇਹ ਗੱਲ ਝੂਠ ਹੈ ਮੈਂ ਚਾਹੁੰਦਾ ਸੀਗਾ ਸ਼ੁਰੂ ਤੋਂ ਅਸੀਂ ਗੱਲ ਕਰਦੇ ਹੁੰਦੇ ਸੀ ਵੀ ਜਦੋਂ ਆਪਾਂ ਕਰੈਕਟਰ ਬੇਸਡ ਕੋਈ ਫਿਲਮ ਕਰਾਂਗੇ ਨਾ ਸਾਡੇ ਕਰੈਕਟਰ ਬੇਸਡ ਫਿਲਮਾਂ ਬਹੁਤ ਘੱਟ ਬਣਦੀਆਂ ਕਿ ਉਹ ਹਮੇਸ਼ਾ ਵੱਡੀ ਹੁੰਦੀ ਹੈ ਨਾ ਚਾਹੇ ਤੁਸੀਂ ਐਨੀਮਲ ਲਾ ਲਓ ਕੋਈ ਵੀ ਫਿਲਮ ਲਾ ਲਓ ਹੈ ਨਾ ਉਹਦੀ ਗੱਲ ਤਾਂ ਕਰਦੇ ਹਾਂ ਕਿ ਕਰੈਕਟਰ ਦੇ ਨਾਲ ਕਹਾਣੀ ਕਹਿੰਦੇ ਹਾਂ ਤਾਂ ਬਹੁਤ ਡਿਟੇਲ 'ਚ ਜਾਂਦੇ ਆ ਤਾਂ ਸਾਨੂੰ ਮੈਨੂੰ ਐਂ ਲੱਗਦਾ ਸੀ ਜਦੋਂ ਆਪਾਂ ਕੋਈ ਕਰਾਂਗੇ ਨਾ ਤਾਂ ਮੈਂ ਉਹ ਕਰੈਕਟਰ ਦੇ ਥਰੂ ਹੀ ਲੋਕਾਂ ਨਾਲ ਵਿਚਰਨਾ ਚਾਹੁੰਦਾ ਕਿ ਉਸ ਥਰੂ ਹੀ ਮੈਂ ਰਹਿਣਾ ਚਾਹੁੰਦਾ ਉਹ 'ਚ ਜ਼ਿਆਦਾ ਮਜ਼ਾ ਆਉਂਦਾ ਜਿਵੇਂ ਇੱਕ ਅਮਲੀ ਦਾ ਕਰੈਕਟਰ ਹੈ ਇਸ ਮੂਵੀ ਦੇ ਵਿੱਚ ਟ੍ਰੇਲਰ 'ਚ ਜੋ ਸਮਝ ਆਇਆ ਪਰ ਉਹ ਇੰਨਾ ਦਿਮਾਗੀ ਇੰਨਾ ਸ਼ਾਤਰ ਹੈ ਪੈਰਲਰਲੀ ਵੀ ਦਿਖ ਹਾਂ ਅਮਲੀ ਨਹੀਂ ਕਹਿ ਸਕਦੇ ਮੈਨੂੰ ਲੱਗਦਾ ਉਹਨੂੰ ਉਹਦੇ ਲਈ ਉਹ ਅਮਲੀ ਨਹੀਂ ਹੈਗਾ ਉਹਦੇ ਲਈ ਉਹਨੂੰ ਲੱਗਦਾ ਕਿ ਪਿੰਡ ਉਹਨੂੰ ਸਮਝਦਾ ਕਈ ਵਾਰੀ ਮੈਂ ਦੇਖਦਾ ਹੁੰਦਾ ਮੈਂ ਪਿੰਡਾਂ 'ਚ ਰਿਹਾ ਕਈ ਵਾਰੀ ਨਾ ਕੋਈ ਮੋਟਰਸਾਈਕਲ ਭਜਾ ਕੇ ਲੰਘ ਜਾਂਦਾ ਹੁੰਦਾ ਸੀ ਖੜ੍ਹੇ ਜਿਹੇ ਹੁੰਦੇ ਨਾ ਬਜ਼ੁਰਗ ਜੇ ਕਈ ਵਾਰ ਮੋੜਾਂ 'ਤੇ ਉਹ ਉਹਦੇ ਪ੍ਰਤੀ ਇੱਕ ਅਜੀਬ ਜਿਹੀ ਉਹ ਬਣ ਜਾਂਦੀ ਹੈ ਇਹ ਨਹੀਂ ਬਣਦਾ ਟੇਕੇ ਹੈ ਨਾ ਇਹ ਹੁੰਦੇ ਹੈ ਤਾਂ ਮੈਨੂੰ ਲੱਗਦਾ ਇਹ ਚੀਜ਼ ਇਹ ਪਿੰਡਾਂ ਦੀ ਬਿਊਟੀ ਵੀ ਹੈ ਇੱਕ ਦੂਜੇ ਬਾਰੇ ਗੱਲ ਕਰਨੀ ਤਾਂ ਪਿੰਡ ਦਾ ਉਹਦੇ ਪ੍ਰਤੀ ਐਂ ਹੈ ਪਰ ਉਹਨੂੰ ਲੱਗਦਾ ਉਹ ਬਹੁਤ ਘੈਂਟ ਬੰਦਾ ਭੋਲੇ ਨੂੰ ਐਂ ਲੱਗਦਾ ਕਿ ਠੀਕ ਹੈ ਅਸੀਂ ਦੁਨੀਆਂ ਨੂੰ ਐਂ ਜਿਉਂਦੇ ਹਾਂ ਚਾਹੇ ਵੀ ਨੋਟਾਂ ਨਾ ਹਾਂ ਉਹ ਕਹਿੰਦਾ ਵੀ ਮੇਰਾ ਇੱਕ ਟਾਰਗੇਟ ਆ ਕੋਈ ਗੱਲ ਨਹੀਂ ਪਿੰਡ ਵਾਲਿਓ ਜੇ ਤੁਸੀਂ ਮੈਨੂੰ ਐਂ ਸਮਝਦੇ ਹੋ ਤਾਂ ਕੋਈ ਗੱਲ ਨਹੀਂ ਇੱਕ ਦਿਨ ਮੈਂ ਕੋਈ ਇਹੋ ਜਿਹਾ ਕੰਮ ਕਰੂੰਗਾ ਤੁਸੀਂ ਸਾਰੇ ਮਗਰ ਭੱਜੇ ਫਿਰੋਂਗੇ ਅਤੇ ਉਹ ਫਿਲਮ 'ਚ ਕੁਛ ਇੱਦਾਂ ਦਾ ਕਰਦਾ ਵੀ ਪਿੰਡ ਸ਼ਹਿਰਾਂ 'ਚ ਤਬਦੀਲ ਹੋ ਰਹੇ ਨੇ ਕੁਛ ਅਜਿਹਾ ਦਿਖਾਈ ਦਿੱਤਾ ਹੈ ਫਿਲਮ ਦੇ ਵਿੱਚ ਇਹ ਸੱਚ ਵੀ ਹੈ ਇਹ ਹੋ ਵੀ ਰਿਹਾ ਇਹਦੇ ਬਾਰੇ ਥੋੜ੍ਹਾ ਜਿਹਾ ਅਸੀਂ ਚਾਹੁੰਦੇ ਸੀ ਕਿ ਫਿਲਮ ਜੇ ਹਸਾਊਗੀ ਤਾਂ ਮੈਂ ਚਾਹੁੰਦਾ ਸੀ ਇਸ ਫਿਲਮ ਨੂੰ ਐ ਨਾ ਹੋਵੇ ਯਾਰ ਹੱਸ ਕੇ ਜੇ ਲੋਕ ਚਲੇ ਜਾਣ ਤਾਂ ਇਸ ਬਾਰੇ ਲੋਕ ਗੱਲ ਕਰਨ ਕਿ ਜੋ ਇਹਨਾਂ ਨੇ ਹੱਸਦੇ ਹੱਸਦੇ ਨੇ ਗੱਲ ਕਰਤੀ ਉਹ ਬਹੁਤ ਸੋਚਣ ਵਾਲੀ ਗੱਲ ਤਾਂ ਮੇਰੇ ਲਈ ਇਹ ਇਸ਼ੂ ਬਹੁਤ ਵੱਡਾ ਸੀਗਾ ਕਿ ਜੇ ਸਾਰੇ ਸ਼ਹਿਰ ਪਿੰਡਾਂ ਨੂੰ ਕਵਰ ਕਰ ਗਈ ਜਾਂ ਸਾਰੇ ਰੋਡਾਂ ਹਾਈਵੇ ਸਾਡੀਆਂ ਵਾਹੀਯੋਗ ਜ਼ਮੀਨਾਂ ਨੇ ਜਿਸ 'ਚ ਸਾਨੂੰ ਖਾਣ ਨੂੰ ਮਿਲਦਾ ਉਹ ਬਣ ਗਈ ਤਾਂ ਫਿਰ ਅਸੀਂ ਖਾਵਾਂਗੇ ਕੀ ਡਿਵੈਲਪਮੈਂਟ ਠੀਕ ਹੈ ਹੋ ਰਹੀ ਹੈ ਉਹਦੇ ਨਾਂ 'ਤੇ ਮੈਂ ਇਹ ਨਹੀਂ ਕਹਿੰਦਾ ਵੀ ਹੋਣੀ ਵੀ ਚਾਹੀਦੀ ਹੈ ਹਮੇਸ਼ਾ ਅੱਗੇ ਵਧਣਾ ਚਾਹੀਦਾ ਪਰ ਸਾਨੂੰ ਉਸ ਚੀਜ਼ ਦਾ ਵੀ ਖਿਆਲ ਰੱਖਣਾ ਚਾਹੀਦਾ ਕਿ ਇਸ ਮਿੱਟੀ 'ਚ ਜੋ ਉੱਗਦਾ ਦੋ ਚੀਜ਼ਾਂ ਨੇ ਜਾਂ ਤਾਂ ਉਹਨੂੰ ਵੇਚ ਕੇ ਇੱਕ ਵਾਰ 'ਚ ਜਿੰਨੇ ਪੈਸੇ ਮਿਲਦੇ ਆ ਸਾਨੂੰ ਲੱਗਦਾ ਵੇਚ ਕੇ
ਕੁਛ ਹੋਰ ਕਰ ਲਓ, ਬਿਜ਼ਨਸ ਕਰ ਲਓ, ਠੀਕ ਹੈ ਜੀ, ਉਹ ਵੀ ਇੱਕ ਅਲੱਗ ਠੀਕ ਹੈ। ਪਰ ਕੁਛ ਲੋਕ ਇਹ ਡਿਸੀਜਨ ਲੈਂਦੇ ਆ ਕਿ ਅਸੀਂ ਨਹੀਂ ਵੇਚਣੀ ਇਸ ਜੋ ਇਸ ਕਿੱਲੇ 'ਚ, ਮੰਨ ਲਓ ਇੱਕ ਕਿੱਲੇ ਦੀ ਗੱਲ ਹੁੰਦੀ ਹੈ ਜੀ, ਜੋ ਉਹਦੇ 'ਚ ਉੱਗਦਾ, ਜੋ ਅਸੀਂ ਖਾਂਦੇ ਹਾਂ, ਉਹਦੀ ਕੋਈ ਰੀਸ ਨਹੀਂ। ਹਰ ਕੋਈ ਸੋਨਾ ਬਣ ਗਿਆ ਤਾਂ ਫਿਰ ਖਾਊਗਾ ਕੀ? ਤਾਂ ਇਸ ਫਿਲਮ 'ਚ ਬਹੁਤ ਵਧੀਆ ਸਬਜੈਕਟ ਹੈ, ਹੱਸਦੇ ਹੱਸਦੇ ਬਹੁਤ ਵੱਡੀ ਇਸ ਫਿਲਮ 'ਚ ਗੱਲ ਕੀਤੀ ਗਈ ਹੈ ਕਿ ਸਾਡੀ ਇਕੱਲੀ ਉਹ ਜ਼ਮੀਨ ਹੈ, ਚਾਹੇ ਵਰਲਡ 'ਚ ਲਾ ਲਓ ਚਾਹੇ ਇੰਡੀਆ 'ਚ ਲਾ ਲਓ, ਜਿਸ ਮਿੱਟੀ 'ਚ ਸਭ ਕੁਛ ਉੱਗਦਾ, ਕਿ ਇਹਨੂੰ ਬਚਾ ਲੈਣਾ ਚਾਹੀਦਾ। ਕਿ ਭੂ ਮਾਫੀਆ ਦੀ ਵੀ ਗੱਲ ਕੀਤੀ ਗਈ ਇਸ ਫਿਲਮ ਦੇ ਵਿੱਚ, ਜੋ ਹਿੰਟ ਹਲਕਾ ਜਿਹਾ ਦਿਖਾਇਆ। ਹਾਂਜੀ ਹਾਂਜੀ, ਬਹੁਤ ਵੱਡੇ ਪੱਧਰ 'ਤੇ ਕੀਤੀ ਗਈ ਹੈ ਇਹ ਚੀਜ਼ਾਂ, ਮੈਂ ਅੱਖੀਂ ਦੇਖੀਆਂ ਹੋਈਆਂ। ਜਦੋਂ ਡਿਵੈਲਪਮੈਂਟ ਦੇ ਅੰਦਰ ਆਉਂਦੇ ਆ ਤਾਂ ਹੁਣ ਵਿਚਾਰੇ ਮਹਾਤੜ ਜਿਹਦੇ ਕੋਲ 5 ਕਿੱਲੇ ਆ, ਹੈ ਨਾ, ਕੋਈ ਆ ਕੇ ਉਹਨੂੰ ਕਹਿ ਦੇਵੇ ਕਿੰਨੇ ਪੈਸੇ ਲੈਣਾ, ਉਹਨਾਂ ਨੇ ਜ਼ਿੰਦਗੀ 'ਚ ਇੰਨਾ ਪੈਸਾ ਦੇਖਿਆ ਹੀ ਨਹੀਂ ਵਿਚਾਰਿਆਂ ਨੇ, ਤੁਸੀਂ 6-6 ਕਰੋੜ 7-7 ਕਰੋੜ ਉਹਨੂੰ ਦੇ ਰਹੇ ਹੋ, ਉਹਨਾਂ ਨੂੰ ਕੈਸ਼ ਦੇ ਤਾ, ਹੈ ਨਾ, ਉਹ ਭੂ ਮਾਫੀਆ ਹੀ ਹੈ, ਲਾਲਚ ਦੇ ਕੇ ਉਹਨਾਂ ਨੇ ਇੱਕ ਵਾਰੀ ਤਾਂ ਲੈ ਲਿਆ, ਸਾਨੂੰ ਲੱਗਦਾ ਕਿ ਅਸੀਂ ਬਹੁਤ ਪੈਸਾ ਕਮਾ ਲਿਆ, ਬਟ ਉਹਨੇ ਉੱਥੇ ਕਰਨਾ ਕੀ ਹੈ ਇਹ ਉਹਨੂੰ ਨਹੀਂ ਪਤਾ। ਉਸ ਉੱਥੇ ਤਾਂ ਹੁਣ ਖਾਣ ਲਈ ਉੱਗਦਾ ਨਾ, ਅਸੀਂ ਉਹ ਸਾਰੀ ਉਮਰ ਲਈ ਉਹ ਜ਼ਮੀਨ ਉਹਨੂੰ ਦੇਤੀ, ਹੁਣ ਉੱਥੇ ਮੌਲ ਬਣ ਗਿਆ। ਉਸੇ ਅਸੀਂ ਸਬਜੈਕਟ 'ਤੇ ਗੱਲ ਕਰਦੇ ਸੀ, ਹੁਣ ਚਾਹੇ ਆਪਣੇ ਮੋਹਾਲੀ ਚੰਡੀਗੜ੍ਹ 'ਚ ਕਿੰਨੇ ਮੌਲ ਨੇ, ਇਹੀ ਮੌਲ ਦੁਬਈ 'ਚ ਨੇ, ਇਹੀ ਅਮਰੀਕਾ 'ਚ ਨੇ, ਵਰਲਡ ਇੱਕ ਲੈਵਲ 'ਤੇ ਸੇਮ ਹੋ ਰਿਹਾ, ਪਰ ਉਹਦੇ 'ਚ ਜਿਹੜੀ ਕਲਚਰ ਦੀ ਬਿਊਟੀ ਹੈ ਉਹ 'ਤੇ ਬਹੁਤ ਭੈੜੀ ਸੱਟ ਵੱਜ ਰਹੀ ਹੈ ਜਿਹੜੀ ਸਾਨੂੰ ਹਜੇ ਦੇਖ ਨਹੀਂ ਰਹੀ। ਤੁਸੀਂ ਛੋਟੇ ਛੋਟੇ ਪ੍ਰੋਜੈਕਟਸ ਬੜੇ ਘੱਟ ਬਜਟ ਦੇ ਵਿੱਚ ਬਣਾਏ ਸੀ ਜਦੋਂ ਪੈਸੇ ਦੀ ਵੀ ਕਮੀ ਹੁੰਦੀ। ਚੀਮਾ ਸਾਹਿਬ ਤੁਹਾਡੇ ਨਾਲ ਬੈਠੇ ਨੇ, ਚੀਮਾ ਸਾਹਿਬ ਇਹ ਵੀ ਰੋਟੀ ਸੀ ਕੰਮ ਕੀਤਾ ਸੀ ਇਹਦੇ। ਜੀ ਉਦੋਂ ਤੋਂ ਲੈ ਕੇ ਫਿਰ ਬਾਲੀਵੁੱਡ ਤੱਕ, ਫਿਰ ਵੱਡੇ ਵੱਡੀ ਹਸਤੀਆਂ ਨੂੰ ਮਿਲਣਾ, ਮਾਫ਼ ਕਰਨਾ, ਪਤਾਲ ਲੋਕ ਵਰਗੀ ਇੱਕ ਵੈਬ ਸੀਰੀਜ਼ 'ਚ ਕੰਮ ਕਰਨਾ, ਅਤੇ ਹੁਣ ਅੱਜ ਇੱਥੇ ਬੈਠੇ ਹੋ, ਓਬਜ਼ਰਵ ਕੀ ਕੀਤਾ ਹੁਣ ਤੱਕ, ਕਮੀਆਂ ਕਿਹੜੀਆਂ ਕਿਹੜੀਆਂ ਅੱਜ ਤੱਕ ਸਾਹਮਣੇ ਆਈਆਂ? ਦੇਖੋ, ਐਜ਼ ਅ ਐਕਟਰ ਤਾਂ ਅੱਜ ਵੀ ਸਿੱਖ ਰਹੇ ਹਾਂ ਜੀ, ਅੱਗੇ ਵੀ ਸਿੱਖਾਂਗੇ, ਹੈ ਨਾ। ਫਿਰ ਮੈਨੂੰ ਜਿਹੜਾ ਮੈਂ ਪਿਛਲੇ ਕਈ ਸਾਲਾਂ ਤੋਂ ਲੱਗਦਾ ਸੀ ਹੋਣੀ ਚਾਹੀਦੀ ਹੈ ਕਿ ਹਰ ਡਿਸੀਜਨ ਪ੍ਰੋਡਿਊਸਰ ਕੋਲ ਹੁੰਦਾ, ਹੈ ਨਾ, ਇੱਕ ਪ੍ਰੋਡਿਊਸਰ ਨੇ ਕਹਾਣੀ ਲੱਭਣੀ ਹੁੰਦੀ ਹੈ, ਇੱਕ ਪ੍ਰੋਡਿਊਸਰ ਨੇ ਡਾਇਰੈਕਟਰ ਲੱਭਣਾ ਹੁੰਦਾ, ਤਾਂ ਮੈਨੂੰ ਲੱਗਦਾ ਸੀ ਕਿ ਅੱਜ ਨਹੀਂ ਤਾਂ ਕੱਲ੍ਹ ਨੂੰ ਤਾਂ ਕਦੇ ਕਰਾਂਗੇ, ਅਤੇ ਔਖੇ ਸੌਖੇ ਹੋ ਕੇ ਮੈਨੂੰ ਲੱਗਦਾ ਇਸ ਫਿਲਮ 'ਚ ਜਦੋਂ ਪ੍ਰੋਡਿਊਸਰ ਆਏ, ਹੁਣ ਅਸੀਂ ਉਹ ਕਰ ਸਕੇ ਹਾਂ ਜੋ ਅਸੀਂ ਚਾਹੁੰਦੇ ਸੀ। ਹੁਣ ਆਡੀਅੰਸ ਹੈ, ਜੇ ਇਹਨੂੰ ਐਕਸੈਪਟ ਕਰਦੀ ਹੈ ਤਾਂ 4 ਹੋਰ ਬਣਨਗੀਆਂ ਇੱਦਾਂ ਦੀਆਂ ਫਿਲਮਾਂ, ਹੈ ਨਾ, ਜੇ ਨਹੀਂ ਕਰਦੀ ਤਾਂ ਹੋਰ ਮਿਹਨਤ ਨਾਲ ਆਵਾਂਗੇ, ਪਰ ਕਰਾਂਗੇ ਉਹੀ ਜੋ ਅਸੀਂ ਕਰਨਾ ਚਾਹੁੰਦੇ। ਪਰ ਕਈ ਵਾਰ, ਬਹੁਤ ਵਾਰ ਇੱਦਾਂ ਹੁੰਦਾ ਕਿ ਆਡੀਅੰਸ ਸਿਰਫ ਵੱਡੇ ਚਿਹਰੇ ਦੇਖ ਕੇ ਫਿਲਮ ਦੇਖਦੀ ਹੈ, ਕਈ ਵਾਰ ਸਕ੍ਰਿਪਟ ਵੀ ਨਹੀਂ ਦੇਖੀ ਜਾਂਦੀ, ਮਿਹਨਤ ਵੀ ਨਹੀਂ ਦੇਖੀ ਜਾਂਦੀ। ਇਹ ਮੈਨੂੰ ਲੱਗਦਾ ਵਹਿਮ ਹੈ, ਜਦੋਂ ਅਸੀਂ ਪਹਿਲੀ ਫਿਲਮ ਕੀਤੀ ਸੀ ਸਾਨੂੰ ਕੋਈ ਨਹੀਂ ਸੀ ਜਾਣਦਾ ਰੁਪਿੰਦਰ ਗਾਂਧੀ, ਅੱਜ ਉਹ ਕਲਟ ਫਿਲਮ ਮੰਨੀ ਜਾਂਦੀ ਹੈ, ਅੱਜ ਉਹ ਕਰੈਕਟਰ ਹਰ ਬੰਦੇ ਦੀ ਜ਼ੁਬਾਨ 'ਤੇ, ਘੱਟ ਹੀ ਬੰਦਾ ਮਿਲਦਾ ਜਿਹਨੇ ਉਹ ਨਾਂ ਦੇਖੀ ਹੋਵੇ, ਉਦੋਂ ਸਾਨੂੂੰ ਕੋਈ ਨਹੀਂ ਸੀ ਜਾਣਦਾ, ਲਾਈਕ ਐਸਟੈਬਲਿਸ਼ ਕਰੈਕਟਰ ਹੈ ਆਲਰੇਡੀ। ਹਾਂਜੀ, ਤੇ ਜਦ ਉਦੋਂ ਐ ਹੋ ਸਕਦਾ, ਹੁਣ ਤਾਂ ਫਿਰ ਵੀ ਮਾੜਾ ਮੋਟਾ ਲੋਕ ਜਾਣਦੇ ਆ ਨਾ, ਮਾੜਾ ਮੋਟਾ ਨਹੀਂ, ਹੁਣ ਤਾਂ ਬਹੁਤ ਵੱਡੀ ਗੱਲ ਬਾਤ। ਚਲੋ, ਆਰਟਿਸਟ ਨੂੰ ਐ ਕਹਿਣਾ ਪੈਂਦਾ ਬਈ ਮਾੜਾ ਮੋਟਾ ਹੀ ਜਾਣਦੇ ਆ, ਨਾਲ ਐ ਵੀ ਨਾਲੇ ਹੱਥ ਲੱਗ ਕਹਿਣਾ ਹੀ ਪੈਂਦਾ। ਹਾਂਜੀ, ਸੋ ਮੈਨੂੰ ਲੱਗਦਾ ਕਿ ਕੋਸ਼ਿਸ਼ ਇਹੀ ਹੈ ਕਿ ਬੇਸਿਕਲੀ ਡਿਸੀਜਨ ਅਸੀਂ ਆਪ ਲੈਣਾ ਚਾਹੁੰਦੇ ਸੀ, ਦੈਟਸ ਵਾਈ ਅਸੀਂ ਪ੍ਰੋਡਿਊਸਰ ਆਏ ਹਾਂ। ਇੱਦਾਂ ਨਹੀਂ ਕਿ ਪੈਸਾ ਬਹੁਤ ਲੋਕਾਂ ਕੋਲ ਹੈ, ਮੈਨੂੰ ਲੱਗਦਾ ਹੁੰਦਾ ਕਿ ਪ੍ਰੋਡਿਊਸਰ, ਮੈਂ ਬੰਬੇ ਕੀ ਸਿੱਖਦਾ ਸੀਗਾ ਜਦੋਂ ਮੈਂ ਵੈਬ ਸੀਰੀਜ਼ 'ਤੇ ਜਾਂਦਾ ਸੀ ਨਾ ਸ਼ੂਟ ਕਰਨ, ਇੱਕ ਕੋਈ ਮੈਨੂੰ ਏਡੀ ਟੱਕਰ ਗਈ ਕੁੜੀ ਸੀਗੀ, ਮੈਨੂੰ ਉਹਦੀ ਬੈਕਗਰਾਊਂਡ ਪਤਾ ਲੱਗੀ, ਉਹ ਮਿਲੀਅਨਰ ਸੀਗੇ ਬੰਬੇ ਦੇ, ਮੈਨੂੰ ਜਦੋਂ ਮੈਂ ਹਿੱਲ ਗਿਆ, ਮੈਂ ਤੂੰ ਏਡੀ ਕਰਦੀ ਫਿਰਦੀ ਆ, ਕਦੇ ਇੱਧਰ ਨੂੰ ਭੱਜ, ਤੂੰ ਕਹਿ ਮੈਂ, ਤੂੰ ਤਾਂ ਸਾਰੀ ਫਿਲਮ ਖਰੀਦ ਲਈ, ਵੀ ਜਿਹੜਿਆਂ ਜਿੰਨੇ ਤੁਰੇ ਫਿਰਦੇ ਹੈ ਤੁਹਾਡੇ ਕੋਲ ਤਾਂ ਇੰਨਾ ਪੈਸਾ। ਉਹ ਕਹਿੰਦੀ ਵੀ ਇਸੇ ਕਰਕੇ ਮੈਂ ਸਿੱਖ ਰਹੀ ਹਾਂ ਕਿ ਕੱਲ੍ਹ ਨੂੰ ਮੈਂ ਲਾਉਣਾ ਕਿੱਥੇ ਹੈ, ਅਤੇ ਮੈਂ ਹੈਰਾਨ ਸੀਗੀ, ਉਹਨੇ ਬੇਸਿਕ ਤੋਂ ਜੋਬ ਸ਼ੁਰੂ ਕੀਤੀ ਸੀਗੀ, ਤਾਂ ਮੈਂ ਉਸ ਚੀਜ਼ ਤੋਂ ਬਹੁਤ ਹੈਰਾਨ ਹੋਇਆ ਯਾਰ, ਇਸ ਚੀਜ਼ ਤੋਂ ਲੰਘਣਾ ਚਾਹੀਦਾ। ਜੇ ਤੁਸੀਂ ਪ੍ਰੋਡਿਊਸਰ ਵੀ ਬਣਨਾ ਤਾਂ ਤੁਹਾਨੂੰ ਪ੍ਰੋਡਕਸ਼ਨ ਦੀਆਂ ਗੱਡੀਆਂ ਵੀ ਅਤੇ ਡਿਊਟੀ ਲੱਗੀ ਸੀ ਉਸ ਕੁੜੀ ਦੀ, ਜਿਹੜੀ 4 ਵਜੇ ਉੱਠ ਕੇ ਭੇਜਦੀ ਸੀ ਵੀ ਫਲਾਣੇ ਉੱਥੇ ਚੱਲ, ਅਤੇ ਉਹ ਐਡੇ ਤਕੜੇ ਘਰੋਂ ਸੀ, ਮੈਂ ਹੈਰਾਨ ਰਹਿ ਗਿਆ ਸੀਗਾ। ਤਾਂ ਮੈਨੂੰ ਲੱਗਦਾ ਸੀ ਯਾਰ, ਜੇ ਅਸੀਂ ਨਹੀਂ ਬਣਾਂਗੇ ਤਾਂ ਕੌਣ ਬਣੂੰਗਾ ਨਾ, ਪ੍ਰੋਡਿਊਸਰ ਦਾ ਮਤਲਬ ਇਹ ਥੋੜ੍ਹੀ ਮਹਿੰਗੀ ਗੱਡੀ 'ਚ ਆ ਕੇ ਵੈਨਿਟੀ 'ਚ ਬਹਿ ਕੇ ਅਤੇ ਸੁਣੀਆਂ ਸੁਣੀਆਂ ਹੀਰੋਇਨਾਂ ਨੂੰ ਦੇਖੀ ਜਾਣਾ ਵੀ ਇਹਨੂੰ ਲੈਣਾ ਇਹਨੂੰ ਲੈਣਾ, ਹੈ ਨਾ, ਤਾਂ ਉਹ ਡੈਫੀਨੇਸ਼ਨ ਗਲਤ ਆ। ਪ੍ਰੋਡਿਊਸਰ ਦਾ ਆਹ ਕੰਮ ਹੈ,
ਗਰਾਊਂਡ ਤੇ ਆ ਕੇ ਦੇਖਣਾ ਵੀ ਸਭ ਨੂੰ ਫੂਡ ਪਹੁੰਚ ਰਿਹਾ, ਜੋ ਚੀਜ਼ ਮੈਂ ਚਾਹੁੰਦਾ ਹੋ ਰਹੀ ਹੈ। ਸੋ ਮੈਨੂੰ ਲੱਗਦਾ ਹਾਂਜੀ ਚੀਮਾ ਸਾਹਿਬ ਕਰੈਕਟਰ ਤੁਹਾਡਾ ਇੱਕ ਵੱਖਰਾ ਜਿਹਾ ਹੀ ਹੈ ਇਹਦੇ ਵਿੱਚ, ਇੱਕ ਚਲਾਕ ਚੁਸਤ ਜਿਹਾ, ਹੈ ਨਾ, ਆਪਣੇ ਕਰੈਕਟਰ ਬਾਰੇ ਕਹਿਤਾ ਤੁਸੀਂ ਦੱਸਤਾ ਇੰਨਾ ਕੀ ਮੈਂ ਬੋਲਦਾ ਹੁੰਦਾ ਇਹਦਾ ਭੋਲਾ ਜੀ ਅਤੇ ਮੇਰਾ ਸ਼ਾਤਰ ਆ ਕਰੈਕਟਰ। ਸੋ ਇਹੀ ਚੀਜ਼ ਆ, ਦੋਸਤ ਤੋਂ ਦੋਵੇਂ ਦੋਸਤ ਸੀ, ਸ਼ਾਇਦ ਬਚਪਨ 'ਚ ਖੇਡੇ ਇਕੱਠੇ ਪਿੰਡ 'ਚ, ਇੱਕ ਪਿੰਡ ਦੇ ਹਾਂ। ਸੋ ਉਸ ਬਿਹਾਵ 'ਤੇ ਜਦੋਂ ਮੈਂ ਬਾਹਰ ਨਿਕਲਿਆ ਪਿੰਡ ਤੋਂ, ਇਹਨਾਂ ਚੀਜ਼ਾਂ ਕਰਕੇ ਥੋੜ੍ਹਾ ਜਿਹਾ ਆਹ ਚੀਜ਼ ਹੋਣ ਲੱਗ ਗਈ, ਫਿਰ ਇਹ ਚੀਜ਼ 'ਤੇ ਸਾਡੀ ਜਿਹੜੀ ਸਟੋਰੀ ਆ ਫਿਲਮ ਦੀ ਇਸ ਚੀਜ਼ 'ਤੇ ਖੜੀ ਆ। ਸੱਚ ਹੈ ਅੱਜ ਪੈਸੇ ਨੇ ਬੜੀਆਂ ਦੋਸਤੀਆਂ ਬੜੇ ਰਿਸ਼ਤਿਆਂ 'ਚ ਫਿੱਕ ਪਾਈ ਹੈ, ਇਹ ਨਿੱਜੀ ਜ਼ਿੰਦਗੀ ਦੇ ਵਿੱਚ ਕਦੀ ਹੋਇਆ ਇੱਦਾਂ ਓਬਜ਼ਰਵ ਕੀਤਾ? ਹਾਂ, ਮੈਂ ਇਸ ਚੀਜ਼ 'ਚ ਬਹੁਤ ਉਹ ਕਰਦਾ ਯਾਰ, ਕਦੇ ਪੈਸੇ ਪਿੱਛੇ ਮਨ 'ਚੋਂ ਨਾ ਆ ਜਾਵੇ, ਕਿਉਂਕਿ ਇੱਕ ਪੈਸਾ ਹੀ ਆ ਜਿਹੜਾ ਫਿੱਕ ਪਾਉਂਦਾ ਮੈਨੂੰ ਲੱਗਦਾ, ਉਹਦੇ ਚੱਕਰ 'ਚ ਹੀ ਰਿਲੇਸ਼ਨ ਖਰਾਬ ਹੁੰਦੇ ਆ। ਸਗੋਂ ਮੈਂ ਕਹਿੰਦਾ ਉਹਨਾਂ ਵੀ ਗੱਲ ਬੁਰੀ ਲੱਗੂਗੀ ਪਹਿਲਾਂ ਹੀ ਕਲੀਅਰ ਕਰ ਲਓ, ਜਦੋਂ ਤੁਸੀਂ ਲਾਈਫ 'ਚ ਕਲੀਅਰ ਕਰ ਲਓ। ਅਸੀਂ ਮੈਨੂੰ ਲੱਗਦਾ ਮੇਰੇ ਸਕੂਲ ਦੇ ਯਾਰ ਵੀ ਉਹੀ ਨੇ, ਇੱਥੇ ਹੀ ਫਿਰਦੇ ਆਲੇ ਦੁਆਲੇ, ਕਾਲਜ ਵਾਲੇ ਵੀ ਉਹੀ ਨੇ, ਉਹ ਵੀ ਵਿੱਚ ਫਿਰਦੇ ਆ, ਆਹ ਯੂਨੀਵਰਸਿਟੀ ਵਾਲੇ ਨੇ, ਆਹ ਤਾਂ ਪੈਸੇ ਨੂੰ ਲੈ ਕੇ ਬਾਹਲਾ ਢੀਠ ਹੁੰਦਾ ਸੀ, ਇਹ ਤਾਂ ਰੁਪਈਆ ਵੀ ਵਾਪਸ ਕਰਾਉਂਦਾ ਰਿਹਾ ਸਾਡੇ ਤੋਂ। ਤਾਂ ਸਾਨੂੰ ਲੱਗਦਾ ਇਹ ਬਹੁਤ ਵਧੀਆ ਚੀਜ਼ ਹੈ, ਕਲੀਅਰ ਰਹੋ ਕਿ ਵੀ ਕਦੇ ਵੀ ਪੈਸੇ ਪਿੱਛੇ ਫਿੱਕ ਨਹੀਂ ਪੈਣੀ ਚਾਹੀਦੀ। ਮੈਨੂੰ ਲੱਗਦਾ ਜਦੋਂ ਅਸੀਂ ਬਾਹਲੇ ਸਿਆਣੇ ਹੋ ਜਾਂਦੇ ਹਾਂ, ਉਮਰਾਂ ਲੰਘਦੀਆਂ ਨੇ, ਤਾਂ ਇਸ ਚੀਜ਼ 'ਤੇ ਜਿੰਨਾ ਹੋ ਸਕੇ ਇਸ ਤੋਂ ਇਗਨੋਰ ਕਰੋ, ਇਸ ਚੀਜ਼ ਨੂੰ ਬਚੋ। ਜਾਂ ਤਾਂ ਕਿਸੇ ਨੂੰ ਪੈਸੇ ਦਿਓ ਨਾ, ਜੇ ਦਿੱਤੇ ਹੈ ਤਾਂ ਫਿਰ ਉੱਤੇ ਪੂਰਾ ਬਲੀਵ ਰੱਖੋ। ਮੈਨੂੰ ਲੱਗਦਾ ਪੈਸੇ ਪਿੱਛੇ ਕਿਸੇ ਰਿਸ਼ਤੇ ਮੇਰਾ ਕਿਸੇ ਕਿਹਦੇ ਨਾਲ ਨਹੀਂ ਹੋਇਆ। ਮੈਨੂੰ ਲੱਗਦਾ ਜਦੋਂ ਮੈਨੂੰ ਲੋੜ, ਮੈਨੂੰ ਹੁਣ ਫਿਲਮ ਕਰਕੇ ਲੋੜ ਪਈ, ਬੜੇ ਲੋਕਾਂ ਨੇ ਸਾਥ ਦਿੱਤਾ, ਹੈ ਨਾ, ਅਤੇ ਜਦੋਂ ਮੇਰਾ ਵਿਆਹ ਸੀਗਾ ਉਦੋਂ ਵੀ ਪੈਸੇ ਮੁੱਕ ਗਏ ਸੀਗੇ, ਬੜੇ ਲੋਕਾਂ ਨੇ ਸਾਥ ਦਿੱਤਾ, ਅੱਜ ਵੀ ਸਾਥ ਦਿੰਦੇ ਆ, ਤਾਂ ਅਸੀਂ ਸਾਡੇ ਮਨ 'ਚ ਕਦੇ ਨਹੀਂ ਆਇਆ। ਤਾਂ ਮੈਨੂੰ ਲੱਗਦਾ ਇੱਦਾਂ ਹੀ ਹਰੇਕ ਦੀ ਯਾਰੀ ਦੋਸਤੀ ਬਣੀ ਰਹੇ, ਕਿ ਪੈਸੇ ਪੱਖੋਂ ਕਿਸੇ ਦੀ ਫਿੱਕ ਨਾ ਪਵੇ। ਉਹ ਤਾਂ ਪੈਂਦਾ ਜੇ ਤੁਹਾਡੇ ਮਨ 'ਚ ਕਦੇ ਚੋਰ ਆ ਗਿਆ, ਨਾ ਉਹਦੇ ਮਨ 'ਚ ਕਦੇ ਚੋਰ ਆਉਣਾ ਚਾਹੀਦਾ। ਇਹ ਬਿਲੀਵ ਦਾ ਰਿਸ਼ਤਾ, ਇੱਕੋ ਰਿਸ਼ਤਾ ਜਿਹੜਾ ਯਾਰੀ ਦੋਸਤੀ ਵਾਲਾ, ਇਹ ਬਿਲੀਵ 'ਤੇ ਖੜਾ, ਇਹ ਕਦੇ ਨਹੀਂ ਟੁੱਟਣਾ ਚਾਹੀਦਾ। ਓਏ ਭੋਲੇ ਓਏ 16 ਨੂੰ ਆ ਰਹੀ ਹੈ, ਟ੍ਰੇਲਰ ਦੇਖ ਕੇ ਬਹੁਤ ਮਜ਼ਾ ਆਇਆ, ਪੂਰੀ ਉਮੀਦ ਹੈ ਲੋਕ ਦੇਖਣ ਜਾਣਗੇ। ਉਹ ਲੋਕਾਂ ਤੋਂ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਬਹੁਤ ਸਾਰੇ ਲੋਕਾਂ ਨੂੰ ਇਹ ਫਿਲਮ ਪਹਿਲਾਂ ਦਿਖਾਈ ਵੀ ਹੈ ਕਿ ਚ ਕੋਈ ਕਮੀਆਂ ਕੱਢੋ, ਤਾਂ ਸਾਰੇ ਲੋਕਾਂ ਨੇ ਫਿਲਮ ਬਹੁਤ ਪਸੰਦ ਕੀਤੀ ਹੈ, ਤਾਂ ਫਿਰ ਹੌਸਲਾ ਹੋ ਗਿਆ। ਫਿਲਮ ਲੈ ਕੇ ਪੂਰਾ ਕੌਨਫੀਡੈਂਸ ਆ ਕਿ ਫਿਲਮ ਨੂੰ ਲੋਕ ਇੰਜੋਏ ਬਹੁਤ ਕਰਨਗੇ, ਬੱਚੇ ਖਾਸ ਤੌਰ 'ਤੇ, ਅਤੇ ਫੈਮਿਲੀ ਨਾਲ ਬਹਿ ਕੇ ਤੁਸੀਂ ਦੇਖ ਸਕਦੇ ਹੋ। ਅਤੇ ਜਿਹੜੇ ਸੂਝਵਾਨ ਨੇ, ਜਿਹੜੇ ਕਹਿੰਦੇ ਆ ਸਿਨੇਮਾ ਐਂ ਹੋਣਾ ਚਾਹੀਦਾ, ਐਂ ਹੋਣਾ ਚਾਹੀਦਾ, ਉਹਨਾਂ ਨੂੰ ਵੀ ਇਹ ਫਿਲਮ ਬਹੁਤ ਵਧੀਆ ਲੱਗੂਗੀ। ਬਹੁਤ ਪੂਰੀ ਉਮੀਦ ਹੈ ਕਿ ਇਹ ਫਿਲਮ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਕਰੇ, ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਇੱਕ ਫਿਲਮ ਨੂੰ ਬਣਾਉਣ ਵੇਲੇ, ਔਰ ਪ੍ਰੋਡਿਊਸਰ ਸਾਹਿਬ ਨੂੰ ਪੂਰਾ ਕੌਨਫੀਡੈਂਸ ਹੈ ਕਿ ਫਿਲਮ ਚੱਲੇਗੀ। ਟ੍ਰੇਲਰ ਬਹੁਤ ਖੂਬਸੂਰਤ ਹੈ, 16 ਨੂੰ ਆਪਣੇ ਨਜ਼ਦੀਕੀ ਸਿਨੇਮਾ ਘਰਾਂ 'ਚ ਜ਼ਰੂਰ ਪਹੁੰਚਿਓ। ਕੈਮਰਾਮੈਨ ਰਮੇਸ਼ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।